ਆਪ ਸਭ ਨੂੰ ਸਤਿ ਸ਼੍ਰੀ ਅਕਾਲ ਇਸ ਵਕਤ ਦੀ ਸਭ ਤੋਂ ਵੱਡੀ ਅਪਡੇਟ ਦੋਸਤੋ ਟ੍ਰਾਂਸਪੋਰਟ ਮੈਕਮੇ ਤੋਂ ਆ ਰਹੀ ਹੈ ਜਿਸ ਤੋਂ ਕਿ ਪੰਜਾਬ ਟ੍ਰਾਂਸਪੋਰਟ ਮੈਕਮੇ ਦੀ ਮੁਲਾਜ਼ਮ ਸਰਕਾਰ ਤੋਂ ਨਰਾਜ਼ ਚੱਲ ਰਹੇ ਨੇ ਕਿਉਂਕਿ ਕੁਝ ਮੰਗਾਂ ਨੂੰ ਲੈ ਕੇ ਜੋ ਕਿ ਪਿਛਲੇ ਦਿਨੀ 14 ਸਤੰਬਰ ਨੂੰ ਟਰਾਂਸਪੋਰਟ ਡਾਇਰੈਕਟਰ ਦੇ ਸਾਹਮਣੇ ਜੋ ਇੱਕ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਹਦਾ ਕੋਈ ਸਥਾਈ ਹੱਲ ਨਾ ਨਿਕਲਣ ਦੇ ਵਜੋਂ ਹੁਣ ਆਉਣ ਵਾਲੀ 20 ਤਰੀਕ ਨੂੰ ਟਰਾਂਸਪੋਰਟ ਮੰਤਰੀ ਦੇ ਘਰ ਦਾ ਵੀ ਘਰਾਓ ਕੀਤਾ ਜਾਊਗਾ ਜਿਸ ਦੇ ਨਾਲ ਨਾਲ ਮੁਲਾਜ਼ਮ ਜਥੇਬੰਦੀਆਂ ਨੇ ਦੱਸਿਆ ਕਿ ਅਗਰ ਸਰਕਾਰ ਸਾਡੇ ਪ੍ਰਤੀ ਕੋਈ ਸੰਜੀਦਾ ਰੁਖ اختیار ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ 27, 28 ਅਤੇ 29 ਤਰੀਕ ਨੂੰ ਸੰਪੂਰਨ ਪੰਜਾਬ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਜਿਸ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਨਾਲ ਅਗਰ ਆਪਾਂ ਟਰਾਂਸਪੋਰਟ ਮੈਕਮੇ ਦੀ ਕਾਮਿਆਂ ਦੀ ਜੋ ਕੰਮ ਦੇ ਬਾਰੇ ਅਗਰ ਉਹਨਾਂ ਦੀ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਅਤੇ ਕੱਚੇ ਕਾਮੇ ਜੋ ਕਿ ਅੱਜ ਨਿਗੁਣੀਆਂ ਤਨਖਾਹਾਂ ਤੇ 10-10 ਜਾਂ 15-15 ਹਜ਼ਾਰ ਤਨਖਾਹਾਂ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਨੂੰ ਮਜਬੂਰ ਹੋ ਰਹੇ ਨੇ ਸੋ ਇਹ ਦੇਖਣ ਵਾਲਾ ਹੈ ਕਿ ਸਰਕਾਰ ਕਦ ਤੱਕ ਉਹਨਾਂ ਦੀ ਮਸਲੇ ਹੱਲ ਕਰਦੀ ਹੈ ਜਾਂ ਨਹੀਂ ਜਾਂ ਸੰਘਰਸ਼ ਕਿੱਡਾ ਕੁ ਵੱਡਾ ਉਲਕਾ ਜਾਂਦਾ ਹੈ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਦੋਸਤੋ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ